حمده. الله أكبر. हाँ जी, मैं बाबा मेहता अहमद कादरी पंज पीर दरबार ते मैं जो 30 रोजे रखन दे बाद जिहड़ी ईद आंदी आ उस ईद दियां पूरे इलाका नूं असीं नूं पूरे पंजाब नूं असीं नूं सारे खुशियां दे बधाइयां बहुत बहुत बधाइयां उन सारे खुशियां बधाइयां। الله أكبر لا إله إلا الله والله أكبر الله أكبر ولله الحمد الحمد لله الذي أعزنا بشهر رمضان شهر أنزل فيه الرحمة والغفران شهر فيه ليلة هي خير من ألف شهر فيها كان نزول القرآن. الله أكبر الله أكبر لا إله إلا الله والله أكبر الله أكبر ولله الحمد الحمد لله الذي وفقنا فيه لقراءة القرآن ويسر علينا أداء الصيام والقيام بحسن الإمكان. ठीक है पुलिस साहब تمام اہل اسلام کو عید کی مبارکباد پیش کرتا ہوں. اللہ تعالیٰ یہ دن ہماری زندگیوں میں بار بار لائے. ان دنوں کو اور اس عید کو ہم سب کے لیے بابرکت بنائے. دلوں کے اندر جو دکھ ہے وہ اس لیے ہے کہ آدمی جو ہے آپس میں مل کے نہیں رہتے, جس کی بنیاد پہ دلوں میں جو ہے دوری پیدا کر دی اللہ رب العزت نے. اگر ہم اس دوری کو ختم کرنا چاہتے ہیں, آپس میں محبت اور پیار چاہتے ہیں, बाकी रिपोर्ट इस ब्रेक तो बाद. शुगर दी बीमारी तो पक्के तौर ते छुटकारा पाओ. 9876379499 ते फोन करो. 9876379499 ते फोन करो. नवा शहर दुबाबा यूट्यूब चैनल संपर्क 9876379499. ਜਿਹੜੇ ਮੈਂ ਸਮਝਦਾ ਨਫ਼ਰਤਾਂ ਦੇ ਬੀਜ ਬੀਜਦੇ ਨੇ ਲੋਕ, ਉਹ ਦੇਸ਼ ਦਾ ਭਲਾ ਨਹੀਂ ਸੋਚ ਸਕਦੇ ਹੁੰਦੇ. ਦੇਸ਼ ਦਾ ਭਲਾ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ, ਇੱਕ ਦੂਜੇ ਨਾਲ ਸਾਂਝਾ ਰੱਖਣ ਵਾਲੇ, ਉਸ ਖੁਦਾ ਨੂੰ ਮੰਨਣ ਵਾਲੇ, ਪਰਮਾਤਮਾ ਦੀ ਹੋਂਦ ਨੂੰ ਮੰਨਣ ਵਾਲੇ, ਮੈਂ ਸਮਝਦਾ ਉਹ ਦੇਸ਼ ਤੇ ਮਨੁੱਖਤਾ ਦੇ ਸੱਚੇ ਹਾਮੀ ਹੁੰਦੇ ਨੇ. ਸੋ ਮੈਂ ਜਿੱਥੇ ਆਪਣੇ ਵੱਲੋਂ ਆਪਣੇ ਪਿਤਾ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ, ਕਿਉਂਕਿ ਬਾਦਲ ਸਾਹਿਬ ਦਾ ਇਸ ਸਥਾਨ ਨਾਲ ਮੌਲਵੀ ਜੀ ਦੱਸ ਰਹੇ ਸੀਗੇ, ਮੀਆਂ ਜੀ ਦੱਸ ਰਹੇ ਸੀ, ਬਹੁਤ ਨਿੱਜੀ ਪਿਆਰ ਹੈ. ਜਦੋਂ ਵੀ ਉਹ ਆਪ ਰਹੇ ਬਹੁਤ ਪਿਆਰ ਰਿਹਾ. ਇਸ ਸਥਾਨ ਦੀ ਸੇਵਾ ਵੀ ਪਰਮਾਤਮਾ ਨੇ ਉਹਨਾਂ ਹੱਥੋਂ ਕਰਵਾਈ. ਸੋ ਅੱਜ ਵੀ ਮੈਂ ਤੁਹਾਨੂੰ ਵਿਸ਼ਵਾਸ ਲਾ ਕੇ ਜਾਂਦਾ ਵੀ ਤੁਹਾਡੇ ਹਰ ਦੁੱਖ ਸੁੱਖ ਦੇ ਨਾਲ ਅਸੀਂ ਖੜੇ ਹਾਂ. ਪਰਮਾਤਮਾ ਏਦਾਂ ਹੀ ਈਦ ਮੁਬਾਰਕ ਜਿਹੜੀ ਹੈਗੀ ਆ ਆਪਣੇ ਸਾਰਿਆਂ ਤੇ ਬਣਾਈ ਰੱਖੇ. ਤੁਸੀਂ ਲੰਬੀਆਂ ਉਮਰਾਂ ਵਿੱਚ ਰਹੋ, ਚੜ੍ਹਦੀਆਂ ਕਲਾਮਾਂ 'ਚ ਰਹੋ, ਤੁਹਾਡੇ ਕਾਰੋਬਾਰ. ਸੋ ਮੈਂ ਆਪਣੇ ਵੱਲੋਂ ਆਪਣੇ ਸ਼ਹਿਰ ਵਾਸੀਆਂ ਵੱਲੋਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਮੁਬਾਰਕਬਾਦ ਦਿੰਦਾ ਹਾਂ. ਅੱਜ ਸਾਡੇ ਵਿੱਚ ਆਵਾਜ਼ੇ ਪੰਜਾਬ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ, ਜੋ ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਹਨ, ਉਹਨਾਂ ਦੇ ਹੋਣਹਾਰ ਪੁੱਤਰ MLA ਸਾਹਿਬ ਸਾਡੇ ਵਿੱਚ ਪਹੁੰਚੇ ਹਨ, ਹਰਿੰਦਰਪਾਲ ਸਿੰਘ ਜੀ ਚੰਦੂ ਮਾਜਰਾ, ਤੁਹਾਨੂੰ ਈਦ ਦੀਆਂ ਮੁਬਾਰਕਾਂ ਦੇਣ. ਜਦੋਂ ਪ੍ਰੋਫੈਸਰ ਸਾਹਿਬ ਮੈਂਬਰ ਪਾਰਲੀਮੈਂਟ ਸੀਗੇ, ਮੈਨੂੰ ਯਾਦ ਆ ਕਿ ਉਹ
ਬਹੁਤ ਸਾਰੀਆਂ ਜਿਹੜੀਆਂ ਇੱਥੇ ਨਵਾਜ਼ ਹੁੰਦੀਆਂ ਉਹਦੇ ਵਿੱਚ ਸ਼ਾਮਲ ਹੁੰਦੇ ਰਹੇ ਆ। ਸੋ ਮੈਂ ਦੁਬਾਰਾ ਸਮੁੱਚੇ ਨਵਾਂ ਸ਼ਹਿਰ ਵਾਸੀਆਂ ਵੱਲੋਂ ਆਪਣੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਮੁਬਾਰਕਾਂ ਦਿੰਦਾ, ਈਦ ਮੁਬਾਰਕ। ਇਸ ਦੀ ਵਜ੍ਹਾ ਬੜੀ ਅਹਿਮ ਵਜ੍ਹਾ ਹੈ, ਇਸ ਦੀ ਵਜ੍ਹਾ ਇਹ ਹੈ ਕਿ ਈਦ ਕਾ ਦਿਨ ਹਮਾਰੇ ਲਈ ਖੁਸ਼ੀ ਕਾ ਦਿਨ ਕਿਉਂ ਹੈ, ਹਮ ਇਸ ਦਿਨ ਖੁਸ਼ੀ ਕਿਸ ਚੀਜ਼ ਪਰ ਮਨਾਤੇ ਹੈ? ਅੱਲਾਹ ਤਾਲਾ ਕੀ ਤਰਫ ਸੇ ਮਿਲਨੇ ਵਾਲੇ ਇਨਾਮਾਤ ਪਰ ਹਮ ਖੁਸ਼ੀ ਮਨਾਤੇ ਹੈ। ਇਹ ਦਿਨ ਸਿਰਫ ਹਮਾਰੇ ਲਈ ਇੱਕ ਤਿਉਹਾਰ, ਇੱਕ ਜਸ਼ਨ ਨਹੀਂ, ਬਲਕਿ ਇੱਕ ਇਬਾਦਤ ਕਾ ਦਿਨ ਵੀ ਹੈ, ਇੱਕ ਇਬਾਦਤ ਕਾ ਦਿਨ ਵੀ ਹੈ। ਵੋ ਲੋਕ ਜੋ ਰਮਜ਼ਾਨ ਮੇਂ ਮਿਹਨਤ ਕਰਕੇ ਆਏ ਹੈ, ਵੋ ਲੋਕ ਜੋ ਰਮਜ਼ਾਨ ਮੇਂ ਅੱਲਾਹ ਕੇ ਲੀਏ ਰੋਜ਼ਾ ਰੱਖ ਕਰ ਆਏ ਹੈ, ਅੱਲਾਹ ਕੇ ਹੁਕਮ ਪਰ ਆਪਣੇ ਨਫਸ ਕੋ ਕੁਰਬਾਨ ਕਰਕੇ ਆਏ ਹੈ, ਵੋ ਲੋਕ ਜੋ ਅੱਲਾਹ ਕੇ ਹੁਕਮ ਪਰ ਜਿਨ੍ਹੋਂ ਤਰਾਵੀਹ ਪੜ੍ਹੀ, ਨਮਾਜ਼ ਪੜ੍ਹੀ, ਗੁਨਾਹੋਂ ਸੇ ਬਚੇ, ਰੋਜ਼ੋਂ ਕਾ ਇਹਤਮਾਮ ਕੀਆ, ਅੱਲਾਹ ਕੇ ਹੁਕਮ ਪਰ ਚਲੇ, ਆਪਣੀ ਫਰਮਾ ਬਰਦਾਰੀ ਕਾ ਇਜ਼ਹਾਰ ਕੀਆ, ਆਜ ਉਨ ਲੋਕੋ ਕੋ ਇਨਾਮ ਦੀਏ ਜਾਣੇ ਕਾ ਦਿਨ ਹੈ। ਇਸ ਦਿਨ ਕੋ ਯੌਮੁਲ ਜਾਇਜ਼ਾ ਕਹਾ ਜਾਤਾ ਹੈ ਕਿ ਇਸ ਦਿਨ ਉਨ ਲੋਕੋ ਕੋ ਜੋ ਮਿਹਨਤ ਕਰਕੇ ਆਏ ਹੈ ਇਨਾਮ ਮਿਲਤਾ ਹੈ, ਇਨਾਮ।